ਇੱਕ ਟਰੱਕ ਡਰਾਈਵਰ ਦਾ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਦਰਅਸਲ ਜਾਣਕਾਰੀ ਅਨੁਸਾਰ ਕਿਹਾ ਜਾ ਰਿਹਾ ਕਿ ਪੈਟਰੋਲ ਪੰਪ ਦੇ ਉੱਤੇ ਕਾਰ ਸਵਾਰਾਂ ਦੇ ਨਾਲ ਟਰੱਕ ਚਾਲਕ ਦਾ ਝਗੜਾ ਹੁੰਦਾ ਹੈ, ਜਿੱਥੇ ਕਾਰ ਸਵਾਰਾਂ ਦੇ ਵੱਲੋਂ ਪਹਿਲੀ ਗੋਲੀ ਟਰੱਕ ਚਾਲਕ ਦੇ ਮਾਰੀ ਜਾਂਦੀ ਹੈ, ਜਿਸ ਤੋਂ ਬਾਅਦ ਟਰੱਕ ਚਾਲਕ ਆਪਣਾ ਟਰੱਕ ਲੈ ਕੇ ਮੌਕੇ ਤੋਂ ਉੱਥੋਂ ਫਰਾਰ ਹੋ ਜਾਂਦਾ ਹੈ ਅਤੇ ਕਾਰ ਸਵਾਰਾਂ ਦੇ ਵੱਲੋਂ ਲਗਾਤਾਰ ਉਸਦਾ ਪਿੱਛਾ ਕੀਤਾ ਜਾਂਦਾ ਹੈ ਅਤੇ ਜਦੋਂ ਉਹ ਕਾਫ਼ੀ ਦੂਰ ਪਹੁੰਚ ਜਾਂਦਾ ਤਾਂ ਰਾਹ ਦੇ ਵਿੱਚ ਘੇਰ ਕੇ ਉਸਦੇ ਸ਼ਰੇਆਮ ਗੋਲੀਆਂ ਮਾਰੀਆਂ ਜਾਂਦੀਆਂ ਨੇ। ਹਾਲਾਂਕਿ ਟਰੱਕ ਚਾਲਕ ਦੇ ਵੱਲੋਂ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਦੂਸਰੇ ਪੈਟਰੋਲ ਪੰਪ ਦੇ ਵਿੱਚ ਜਿਵੇਂ ਹੀ ਆਪਣੇ ਟਰੱਕ ਨੂੰ ਖੜਾ ਕਰਦਾ ਹੈ ਤਾਂ ਉੱਥੇ ਆ ਕੇ ਵੀ ਸਵਿਫਟ ਕਾਰ ਸਵਾਰਾਂ ਦੇ ਵੱਲੋਂ ਗੋਲੀਆਂ ਮਾਰ ਕੇ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ। ਤਾਂ ਤਰਨ ਤਾਰਨ ਤੋਂ ਇਹ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਟਰੱਕ ਡਰਾਈਵਰ ਦਾ ਸ਼ਰੇਆਮ ਕਤਲ ਕਰ ਦਿੱਤਾ ਗਿਆ, ਭਜਾ ਭਜਾ ਕੇ ਉਸਨੂੰ ਗੋਲੀਆਂ ਮਾਰੀਆਂ ਗਈਆਂ ਨੇ। ਤਾਂ ਦੱਸ ਦਈਏ ਕਿ ਮੌਕੇ ਦੇ ਹੁਣ ਪੁਲਿਸ ਪਹੁੰਚੀ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਰਾਤ 12:30 ਵਜੇ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਜਦੋਂ ਪੈਟਰੋਲ ਪਾਉਣ ਦੇ ਸਮੇਂ ਪੈਟਰੋਲ ਪੰਪ ਦੇ ਉੱਤੇ ਕਾਰ ਸਵਾਰਾਂ ਅਤੇ ਟਰੱਕ ਚਾਲਕ ਦੇ ਵਿਚਕਾਰ ਝਗੜਾ ਹੁੰਦਾ ਹੈ ਅਤੇ ਝਗੜਾ ਇਸ ਕਦਰ ਵੱਧ ਜਾਂਦਾ ਹੈ ਕਿ ਗੋਲੀਆਂ ਤੱਕ ਚਲਾਉਣ ਦੀ ਨੌਬਤ ਆ ਜਾਂਦੀ ਹੈ। ਪਹਿਲੀ ਗੋਲੀ ਉੱਥੇ ਪੰਪ 'ਤੇ ਮਾਰੀ ਜਾਂਦੀ ਹੈ ਕਾਰ ਸਵਾਰਾਂ ਦੇ ਵੱਲੋਂ, ਜਿਸ ਤੋਂ ਬਾਅਦ ਟਰੱਕ ਚਾਲਕ ਆਪਣਾ ਟਰੱਕ ਭਜਾਉਂਦਾ ਹੈ ਅਤੇ ਪਿੱਛਾ ਕਰਦੇ ਹੋਏ ਕਾਰ ਸਵਾਰਾਂ ਦੇ ਵੱਲੋਂ ਉਸਨੂੰ ਰਾਹ ਦੇ ਵਿੱਚ ਘੇਰ ਕੇ ਵੀ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਤਾਂ ਟਰੱਕ ਦੀਆਂ ਜੋ ਤਸਵੀਰਾਂ ਨੇ ਉਹ ਸਾਹਮਣੇ ਆਈਆਂ ਨੇ, ਟਰੱਕ ਦੇ ਅਗਲੇ ਸ਼ੀਸ਼ੇ ਦੇ ਉੱਤੇ ਸ਼ਰੇਆਮ ਗੋਲੀ ਵੱਜੀ ਹੋਈ ਦਿਖਾਈ ਦੇ ਰਹੀ ਹੈ ਅਤੇ ਕਿਹਾ ਜਾ ਰਿਹਾ ਕਿ ਪਹਿਲੀ ਗੋਲੀ ਉੱਥੇ ਮਾਰੀ ਗਈ ਸੀ ਅਤੇ ਬਾਅਦ ਦੇ ਵਿੱਚ ਜਦੋਂ ਕਾਰ ਸਵਾਰਾਂ ਦੇ ਵੱਲੋਂ ਪਿੱਛਾ ਕੀਤਾ ਜਾਂਦਾ, ਕਈ ਕਿਲੋਮੀਟਰ ਤੱਕ ਟਰੱਕ ਚਾਲਕ ਆਪਣੀ ਜਾਨ ਬਚਾਉਣ ਦੇ ਲਈ ਭੱਜਦਾ ਹੈ ਅਤੇ ਉਸ ਤੋਂ ਬਾਅਦ ਦੇ ਵਿੱਚ ਦੱਸਿਆ ਜਾ ਰਿਹਾ ਕਿ ਕਾਰ ਸਵਾਰਾਂ ਦੇ ਵੱਲੋਂ ਰਾਹ 'ਚ ਉਹਨੂੰ ਘੇਰ ਕੇ ਸ਼ਰੇਆਮ ਕਈ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਹਾਲਾਂਕਿ ਇਸ ਘਟਨਾ ਦੇ ਨਾਲ ਇਲਾਕੇ ਦੇ ਵਿੱਚ ਵੀ ਸਨਸਨੀ ਫੈਲ ਗਈ ਹੈ। ਤਾਂ ਰਾਤ 12:30 ਵਜੇ ਦੀ ਇਹ ਘਟਨਾ ਦੱਸੀ ਜਾ ਰਹੀ ਹੈ। ਇੱਕ ਟਰੱਕ ਡਰਾਈਵਰ ਦਾ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਦਰਅਸਲ ਜਾਣਕਾਰੀ ਅਨੁਸਾਰ ਕਿਹਾ ਜਾ ਰਿਹਾ ਕਿ ਪੈਟਰੋਲ ਪੰਪ ਦੇ ਉੱਤੇ ਕਾਰ ਸਵਾਰਾਂ ਦੇ ਨਾਲ ਟਰੱਕ ਚਾਲਕ ਦਾ ਝਗੜਾ ਹੁੰਦਾ ਹੈ, ਜਿੱਥੇ ਕਾਰ ਸਵਾਰਾਂ ਦੇ ਵੱਲੋਂ ਪਹਿਲੀ ਗੋਲੀ ਟਰੱਕ ਚਾਲਕ ਦੇ ਮਾਰੀ ਜਾਂਦੀ ਹੈ, ਜਿਸ ਤੋਂ ਬਾਅਦ ਟਰੱਕ ਚਾਲਕ ਆਪਣਾ ਟਰੱਕ ਲੈ ਕੇ ਮੌਕੇ ਤੋਂ ਉੱਥੋਂ ਫਰਾਰ ਹੋ ਜਾਂਦਾ ਹੈ ਅਤੇ ਕਾਰ ਸਵਾਰਾਂ ਦੇ ਵੱਲੋਂ ਲਗਾਤਾਰ ਉਸਦਾ ਪਿੱਛਾ ਕੀਤਾ ਜਾਂਦਾ ਹੈ ਅਤੇ ਜਦੋਂ ਉਹ ਕਾਫ਼ੀ ਦੂਰ ਪਹੁੰਚ ਜਾਂਦਾ ਤਾਂ ਰਾਹ ਦੇ ਵਿੱਚ ਘੇਰ ਕੇ ਉਸਦੇ ਸ਼ਰੇਆਮ ਗੋਲੀਆਂ ਮਾਰੀਆਂ ਜਾਂਦੀਆਂ ਨੇ। ਹਾਲਾਂਕਿ ਟਰੱਕ ਚਾਲਕ ਦੇ ਵੱਲੋਂ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਦੂਸਰੇ ਪੈਟਰੋਲ ਪੰਪ ਦੇ ਵਿੱਚ ਜਿਵੇਂ ਹੀ ਆਪਣੇ ਟਰੱਕ ਨੂੰ ਖੜਾ ਕਰਦਾ ਹੈ ਤਾਂ ਉੱਥੇ ਆ ਕੇ ਵੀ ਸਵਿਫਟ ਕਾਰ ਸਵਾਰਾਂ ਦੇ ਵੱਲੋਂ ਗੋਲੀਆਂ ਮਾਰ ਕੇ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ। ਤਾਂ ਤਰਨ ਤਾਰਨ ਤੋਂ ਇਹ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਟਰੱਕ ਡਰਾਈਵਰ ਦਾ ਸ਼ਰੇਆਮ ਕਤਲ ਕਰ ਦਿੱਤਾ ਗਿਆ, ਭਜਾ ਭਜਾ ਕੇ ਉਸਨੂੰ ਗੋਲੀਆਂ ਮਾਰੀਆਂ ਗਈਆਂ ਨੇ। ਤਾਂ ਦੱਸ ਦਈਏ ਕਿ ਮੌਕੇ ਦੇ ਹੁਣ ਪੁਲਿਸ ਪਹੁੰਚੀ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਰਾਤ 12:30 ਵਜੇ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਜਦੋਂ ਪੈਟਰੋਲ ਪਾਉਣ ਦੇ ਸਮੇਂ ਪੈਟਰੋਲ ਪੰਪ ਦੇ ਉੱਤੇ ਕਾਰ ਸਵਾਰਾਂ ਅਤੇ ਟਰੱਕ ਚਾਲਕ ਦੇ ਵਿਚਕਾਰ ਝਗੜਾ ਹੁੰਦਾ ਹੈ ਅਤੇ ਝਗੜਾ ਇਸ ਕਦਰ ਵੱਧ ਜਾਂਦਾ ਹੈ ਕਿ ਗੋਲੀਆਂ ਤੱਕ ਚਲਾਉਣ ਦੀ ਨੌਬਤ ਆ ਜਾਂਦੀ ਹੈ। ਪਹਿਲੀ ਗੋਲੀ ਉੱਥੇ ਪੰਪ 'ਤੇ ਮਾਰੀ ਜਾਂਦੀ ਹੈ ਕਾਰ ਸਵਾਰਾਂ ਦੇ ਵੱਲੋਂ, ਜਿਸ ਤੋਂ ਬਾਅਦ ਟਰੱਕ ਚਾਲਕ ਆਪਣਾ ਟਰੱਕ ਭਜਾਉਂਦਾ ਹੈ ਅਤੇ ਪਿੱਛਾ ਕਰਦੇ ਹੋਏ ਕਾਰ ਸਵਾਰਾਂ ਦੇ ਵੱਲੋਂ ਉਸਨੂੰ ਰਾਹ ਦੇ ਵਿੱਚ ਘੇਰ ਕੇ ਵੀ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਤਾਂ ਟਰੱਕ ਦੀਆਂ ਜੋ ਤਸਵੀਰਾਂ ਨੇ ਉਹ ਸਾਹਮਣੇ ਆਈਆਂ ਨੇ, ਟਰੱਕ ਦੇ ਅਗਲੇ ਸ਼ੀਸ਼ੇ ਦੇ ਉੱਤੇ ਸ਼ਰੇਆਮ ਗੋਲੀ ਵੱਜੀ ਹੋਈ ਦਿਖਾਈ ਦੇ ਰਹੀ ਹੈ ਅਤੇ ਕਿਹਾ ਜਾ ਰਿਹਾ ਕਿ ਪਹਿਲੀ ਗੋਲੀ ਉੱਥੇ ਮਾਰੀ ਗਈ ਸੀ ਅਤੇ ਬਾਅਦ ਦੇ ਵਿੱਚ ਜਦੋਂ ਕਾਰ ਸਵਾਰਾਂ ਦੇ ਵੱਲੋਂ ਪਿੱਛਾ ਕੀਤਾ ਜਾਂਦਾ, ਕਈ ਕਿਲੋਮੀਟਰ ਤੱਕ ਟਰੱਕ ਚਾਲਕ ਆਪਣੀ ਜਾਨ ਬਚਾਉਣ ਦੇ ਲਈ ਭੱਜਦਾ ਹੈ ਅਤੇ ਉਸ ਤੋਂ ਬਾਅਦ ਦੇ ਵਿੱਚ ਦੱਸਿਆ ਜਾ ਰਿਹਾ ਕਿ ਕਾਰ ਸਵਾਰਾਂ ਦੇ ਵੱਲੋਂ ਰਾਹ 'ਚ ਉਹਨੂੰ ਘੇਰ ਕੇ ਸ਼ਰੇਆਮ ਕਈ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਹਾਲਾਂਕਿ ਇਸ ਘਟਨਾ ਦੇ ਨਾਲ ਇਲਾਕੇ ਦੇ ਵਿੱਚ ਵੀ ਸਨਸਨੀ ਫੈਲ ਗਈ ਹੈ। ਤਾਂ ਰਾਤ 12:30 ਵਜੇ ਦੀ ਇਹ ਘਟਨਾ ਦੱਸੀ ਜਾ ਰਹੀ ਹੈ।